ਅਸੀਂ ਮੋਟਰਾਂ ਦੇ ਬਿੱਲ ਨਹੀਂ ਲੱਗਣ ਦੇਵਾਂਗੇ, ਨਹੀਂ ਲੱਗਣ ਦੇਵਾਂਗੇ, ਨਹੀਂ ਲੱਗਣ ਦੇਵਾਂਗੇ। ਅਵਾਰਾ ਪਸ਼ੂਆਂ ਦੇ ਕੰਟਰੋਲ ਕਰੋ, ਕੰਟਰੋਲ ਕਰੋ, ਕੰਟਰੋਲ ਕਰੋ। ਜਲੰਧਰ 'ਚ ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਦਿੱਤਾ। ਕਿਸਾਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇਣ ਲੱਗਿਆਂ, ਜੇਕਰ ਸਰਕਾਰ ਨੇ ਸਾਡੀ ਗੱਲਾਂ ਤੇ ਗੌਰ ਨਾ ਕੀਤਾ ਤਾਂ ਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਸੰਬੰਧ 'ਚ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਟਿਊਬਵੈਲ ਉੱਤੇ ਮੀਟਰ ਲਗਾਉਣ ਅਤੇ ਟਿਊਬਵੈਲ ਦੇ ਬਿੱਲ ਲਗਾਉਣ ਦੀ ਯੋਜਨਾ ਕੀਤੀ ਗਈ ਹੈ ਤਾਂ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਚਾਹੇ ਸਾਨੂੰ ਆਪਣੀ ਜਾਨ ਵੀ ਦੇਣੀ ਪਵੇ, ਪਰ ਅਸੀਂ ਟਿਊਬਵੈਲ ਉੱਤੇ ਮੀਟਰ ਨਹੀਂ ਲੱਗਣ ਦੇਵਾਂਗੇ। ਗੰਨੇ ਦੇ ਪਿਛਲੇ ਸਾਲ ਦੇ ਬਕਾਇਆ ਪੇਮੈਂਟ 45 ਕਰੋੜ ਰੁਪਏ ਵੀ ਰਹਿੰਦੇ ਹਨ, ਜੋ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਦਿੱਤੇ ਜਾਵੇ ਅਤੇ ਚਾਲੂ ਸਾਲ ਦੇ ਗੰਨੇ ਦੀ ਪੇਮੈਂਟ 15 ਦਿਨਾਂ ਦੇ ਅੰਦਰ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਮੁੱਚੇ ਕਿਸਾਨ ਕਰਜ਼ੇ ਦੇ ਲਕੀਰ ਨਹੀਂ ਫੇਰ ਦਿੰਦੀ, ਉਦੋਂ ਤੱਕ ਕੋਈ ਵੀ ਕਿਸਾਨ ਮਾਲੀ ਬੋਝ ਚੱਲ ਨਹੀਂ ਸਕਦਾ। ਪੰਜਾਬ 'ਚ ਹੋ ਰਹੀਆਂ ਕਿਸਾਨ ਦੀਆਂ ਖੁਦਕੁਸ਼ੀਆਂ ਇਸ ਗੱਲ ਦਾ ਸਬੂਤ ਹੈ। ਅੱਜ ਅਸੀਂ ਕਿਸਾਨ ਦੁਖੀ ਹੋ ਕੇ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਹਾਂ। ਮੰਗ ਪੱਤਰ ਤਾਂ ਅਸੀਂ ਬਹੁਤ ਦਿੰਦੇ ਰਹਿੰਦੇ ਹਾਂ, ਪਰ ਫਿਰ ਵੀ ਸਾਡੀ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਪਰੰਪਰਾ ਆ, ਅਸੀਂ ਸਰਕਾਰ ਨੂੰ ਪਹਿਲਾਂ ਚੇਤਾਵਨੀ ਦਿੰਦੇ ਹਾਂ, ਅਗਰ ਸਰਕਾਰ ਸਾਡੇ ਉੱਤੇ ਕੋਈ ਗੌਰ ਨਹੀਂ ਕਰਦੀ ਫਿਰ ਅਸੀਂ ਆਪਣਾ ਵੱਡਾ ਸੰਘਰਸ਼ ਲਿਖਦੇ। ਜਿਹੜਾ ਸਰਕਾਰ ਕਹਿੰਦੀ ਅਸੀਂ ਟਿਊਬਵੈੱਲਾਂ ਦੇ ਬਿੱਲ ਲਾਵਾਂਗੇ, ਅਸੀਂ ਉਹ ਹਰ ਕਿਸ ਨਹੀਂ ਲੱਗਣ ਦੇਵਾਂਗੇ, ਸਾਨੂੰ ਭਾਵੇਂ ਉਹਦੇ ਲਈ ਕੁਰਬਾਨੀਆਂ ਦੇਣੀਆਂ ਪੈਣ, ਅਸੀਂ ਬਿੱਲ ਨਹੀਂ ਲੱਗਣ ਦੇਵਾਂਗੇ, ਉਹਦਾ ਫੁੱਲ ਜ਼ੋਰ ਵਿਰੋਧ ਕਰਦੇ। ਦੂਜਾ, ਸਰਕਾਰ ਨੇ ਡੀਜ਼ਲ ਦੇ ਰੇਟ ਬੇਥਾਹ ਵਧਾ ਦਿੱਤੇ। ਅਸੀਂ ਸਰਕਾਰ ਨੂੰ ਇਹ ਕਹਿੰਦੇ ਹਾਂ ਬਈ ਸਾਡਾ ਜਿਹੜਾ ਡੀਜ਼ਲ ਦਾ ਰੇਟ ਉਹ ਸਿਰ ਕੀਤਾ ਜਾਵੇ, ਕਿਉਂਕਿ ਜਿਹੜਾ ਡੀਜ਼ਲ ਆ ਸਾਰਾ ਕਿਸਾਨੀ ਤੇ ਨਿਰਭਰ ਆ, ਕਿਸਾਨੀ ਡੀਜ਼ਲ ਤੇ ਨਿਰਭਰ ਆ। ਜਲੰਧਰ ਤੋਂ ਵਰਿੰਦਰ ਸਿੰਘ, ਜੀਵੇ ਪੰਜਾਬ ਟੀਵੀ।